ਅਕਾਲੀ ਉਮੀਦਵਾਰ ਵੱਲੋਂ ਤੁਹਾਡੇ ਜਿਹੜੇ ਹਲਕੇ ਦਾ ਪਿੰਡਾਂ ਦਾ ਦੌਰਾ ਕੀਤਾ ਗਿਆ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਸਾਡੀਆਂ ਮੁਸ਼ਕਲਾਂ ਸੁਣੀਆਂ, ਇਹਦੇ ਲਈ ਇਹਨਾਂ ਦਾ ਬਹੁਤ ਧੰਨਵਾਦ ਹੈ। ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ, ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ ਜੀ। ਇਹ ਪਿੰਡ ਦੂਲਾ ਸਿੰਘ ਵਾਲਾ, ਅਸੀਂ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਹਰਾ ਸਾਹਿਬ ਦਾ, ਸਾਡੇ ਪਿੰਡ ਦੇ ਵਿੱਚ ਆਏ ਆ, ਇਹਨਾਂ ਨੇ ਆਣ ਕੇ ਸਾਡੀਆਂ ਮੁਸ਼ਕਲਾਂ ਸੁਣੀਆਂ, ਅਸੀਂ ਵੀ ਆਪਦਾ ਦੁੱਖ ਤਕਲੀਫ ਦੱਸਿਆ, ਅਸੀਂ ਵੱਧ ਤੋਂ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਵਾਂਗੇ, ਵੱਧ ਤੋਂ ਵੱਧ ਵੋਟਾਂ ਪਵਾ ਕੇ ਇਹਨਾਂ ਨੂੰ ਜਿਤਾਵਾਂਗੇ, ਜਿਤਾ ਕੇ ਬਾਦਲ ਸਾਹਿਬ ਦੀ ਝੋਲੀ। ਬੋਹਰਾ ਜੀ ਅੱਜ ਆਏ ਸੀ ਲੋਕਾਂ 'ਚ, ਕੀ ਰਿਸਪੋਂਸ ਰਿਹਾ ਲੋਕਾਂ ਦਾ, ਕੀ ਮੁਸ਼ਕਲਾਂ ਸਨ? ਅੱਜ ਮੈਂ ਜਿਹੜੇ ਦੂਲੇ ਵਾਲੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਾਫੀ ਸਰਪੰਚਾਂ ਸਾਹਿਬਾਨਾਂ ਨਾਲ, ਸਾਰੇ ਵਰਕਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ, ਇੱਥੇ ਆਇਆ ਇਹਨਾਂ ਕੋਲ, ਇਹਨਾਂ ਨੇ ਵੀ ਮੈਨੂੰ ਆਪਦੀਆਂ ਤਕਲੀਫਾਂ ਦੱਸੀਆਂ ਸਾਰੀਆਂ। ਇੱਥੇ ਬੜੀਆਂ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਨੇ ਇਹਨਾਂ ਨੂੰ, ਕੋਈ ਰੇਲਵੇ ਦੇ ਹੈਗੀ ਲਾਈਨ ਨਿਕਲ ਰਹੀ, ਜਿਹੜੀ ਸਰਕਾਰ ਇਹਨਾਂ ਨਾਲ ਬੜੀ ਜਾਤੀ ਕਰ ਰਹੀ, ਪੰਜਾਬ ਸਰਕਾਰ ਇਹਨਾਂ ਦੀ ਕੀਮਤ ਨਹੀਂ ਪੂਰੀ ਪਾ ਦੇ ਰਹੀ, ਇਹਨਾਂ ਨੂੰ ਪਾ ਕੇ ਜੋ ਇੱਥੇ ਕੀਮਤ ਹੈ ਉਹ ਸਰਕਾਰੀ ਕੀਮਤ ਰੇਟ ਨਾਲ ਇਹਨਾਂ ਨੂੰ ਕਰ ਰਹੀ ਹੈ, ਜੋ ਸਰਵੇ ਦੇ ਵਿੱਚ ਕਾਨੂੰਨ ਹੈ ਜੋ ਐਕਚੁਅਲ ਸਹੀ ਰੇਟ ਹੁੰਦਾ ਉਦੋਂ 3-4 ਗੁਣਾ ਮਿਲਦੇ ਪੈਸੇ, ਅਤੇ ਇਹ ਉਸ ਰੇਟ ਨਾਲ ਦੇ ਰਹੇ ਹੈ, ਅਤੇ ਇਸ ਕਰਕੇ ਮੈਂ ਹੋਰ ਵੀ ਇਹਨਾਂ ਨੇ ਆਪਦੀਆਂ ਮੁਸ਼ਕਲਾਂ ਦੱਸੀਆਂ, ਅਤੇ ਮੈਂ ਯਕੀਨ ਦਿਵਾਉਣਾ ਇਹਨਾਂ ਨੂੰ ਸਮਾਂ ਆਉਣ 'ਤੇ, ਸਾਡੀ ਸਰਕਾਰ ਆਉਣ 'ਤੇ ਇਹਨਾਂ ਨੂੰ ਉਸੇ ਕੀਮਤ 'ਤੇ, ਜਿਹੜੀ ਕੀਮਤ ਜੋ ਜਿੰਨੀ ਵੱਧ ਤੋਂ ਵੱਧ ਕੀਮਤ ਬਣਦੀ ਹੈ, ਇਹ ਨਹੀਂ ਜੋ ਇਸ ਵੇਲੇ ਰੇਟ ਹੈ, ਜੋ ਇਸ ਵੇਲੇ ਪ੍ਰੈਜੈਂਟ ਰੇਟ ਉਦੋਂ ਵੀ 3-4 ਗੁਣਾ ਪੈਸੇ ਦਵਾਏ ਜਾਣਗੇ ਇਹਨਾਂ ਨੂੰ। ਅਤੇ ਇਹਨਾਂ ਨੇ ਬੜਾ ਪਿਆਰ ਦਿੱਤਾ, ਅਤੇ ਬੜਾ ਮੇਰੇ 'ਤੇ ਵਿਸ਼ਵਾਸ ਵੀ ਕੀਤਾ, ਅਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ। ਇੱਕ ਲਿੰਕ ਸੜਕ ਦੀ ਗੱਲ ਹੋਈ ਹੈ ਜੀ, ਲਿੰਕ ਸੜਕ ਦਾ ਟੋਟਾ ਰੁਕਿਆ ਹੋਇਆ, ਅਤੇ ਉਹ ਕਦੋਂ ਤੱਕ ਤੁਹਾਡੇ ਖਿਆਲ? ਲਿੰਕ ਸੜਕ ਦਾ ਮੈਂ ਕੀਤੀ ਹੁਣੇ ਗੱਲ, ਜੇਈ ਸਾਹਿਬ ਨਾਲ ਵੀ ਗੱਲ ਹੋਈ ਮੇਰੀ, ਉਹ ਜਲਦ ਤੋਂ ਜਲਦ ਉਹ ਵੀ ਅਸੀਂ ਕਰਕੇ ਉਹਨੂੰ ਜੇਈ ਸਾਹਿਬ ਨੂੰ ਕਿਹਾ, ਇਹਨੂੰ ਜਿਹੜਾ ਟੈਂਡਰ ਹੋਇਆ ਇਹਨਾਂ ਨੂੰ ਕੰਪਲੀਟ ਕਰਵਾਇਆ ਜਾਵੇ।